ਸਤਿ ਸ਼੍ਰੀ ਅਕਾਲ ਜੀ। ਬਾਬੇ ਨਾਨਕ ਦੀਆਂ ਸਾਖੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਅੱਜ ਆਪਾਂ ਗੱਲ ਕਰਾਂਗੇ ਗੁਰੂ ਜੀ ਨੇ ਗੁਰੂ ਨੂੰ ਪੜਾਇਆ। ਈਸ਼ਵਰ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਭਗਤੀ ਦੇ ਕਾਰਨ ਉਹਨਾਂ ਦੇ ਪਿਤਾ ਜੀ ਸ਼੍ਰੀ ਮਹਿਤਾ ਕਾਲੂ ਜੀ ਅਕਸਰ ਚਿੰਤਾ ਦੇ ਵਿੱਚ ਆ ਜਾਂਦੇ ਸੀ। ਇੱਕ ਦਿਨ ਉਹ ਆਪਣੀ ਚਿੰਤਾ ਨਿਵਾਰਨ ਲਈ ਰਾਏ ਭੁੱਲਰ ਦੇ ਕੋਲ ਗਏ ਤੇ ਉਹਨਾਂ ਨੂੰ ਕਿਹਾ, ਨਾਨਕ ਦੀ ਉਮਰ ਅਜੇ ਖੇਡਣ ਕੁੱਦਣ ਦੀ ਹੈ, ਪਰੰਤੂ ਪਤਾ ਨਹੀਂ ਇਸ ਨੂੰ ਕਿਉਂ ਹਮੇਸ਼ਾ ਈਸ਼ਵਰ ਦੀ ਭਗਤੀ ਦੀ ਧਾਰਨਾ ਵਿੱਚ ਹੀ ਆਨੰਦ ਆਉਂਦਾ ਹੈ। ਈਸ਼ਵਰ ਵਿੱਚ ਹੀ ਧਿਆਨ ਰੱਖੇਗਾ ਤਾਂ ਉਹ ਅੱਗੇ ਕਿਵੇਂ ਵਧੂਗਾ। ਪਟਵਾਰੀ ਸਾਹਿਬ, ਤੁਸੀਂ ਨਾਨਕ ਨੂੰ ਮੁੱਲਾ ਕੋਲ ਭੇਜ ਦਿਓ, ਜਦੋਂ ਉੱਥੇ ਜਾਊਗਾ ਤੇ ਬੁੱਧੀਮਾਨ ਹੋ ਜਾਊਗਾ। ਗੁਰੂ ਜੀ ਦੇ ਪਿਤਾ ਜੀ ਉਹਨਾਂ ਨੂੰ ਮੁੱਲਾ ਜੀ ਦੇ ਕੋਲ ਲੈ ਗਏ। ਮੁੱਲਾ ਜੀ, ਕਿਰਪਾ ਕਰਕੇ ਤੁਸੀਂ ਮੇਰੇ ਪੁੱਤਰ ਨੂੰ ਫਾਰਸੀ ਸਿਖਾਓ। ਕਾਲੂ ਜੀ, ਨਾਨਕ ਜਿਵੇਂ ਤੁਹਾਡਾ ਪੁੱਤਰ ਹੈ ਓਵੇਂ ਹੀ ਮੇਰਾ ਵੀ ਪੁੱਤਰ ਹੈ, ਇਸ ਨੂੰ ਮੈਂ ਫਾਰਸੀ ਜ਼ਰੂਰ ਸਿਖਾਉਂਗਾ। 1 ਰੁਪਇਆ ਭੇਟ ਦੇ ਰੂਪ ਵਿੱਚ ਮੁੱਲਾ ਜੀ ਨੂੰ ਦਿੱਤਾ ਗਿਆ। ਮੁੱਲਾ ਜੀ ਨੇ ਅਲਵ ਛੇ ਲਵ ਤਖਤੀ ਤੇ ਲਿਖ ਦਿੱਤਾ। ਜਦੋਂ ਉਹ ਉਹਨਾਂ ਦਾ ਉਪਚਾਰ ਦੱਸਣ ਲੱਗੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਚਾਰੋ ਵੈਦ ਤੇ ਹੋਰ ਬਹੁਤ ਪੁਸਤਕਾਂ, ਜਿਨ੍ਹਾਂ ਵਿੱਚ ਕੁਰਾਨ ਲਿਪੀ ਸੀ, ਸਭ ਵੀਰਾਨ ਸੀ। ਗੁਰੂ ਜੀ ਚੁੱਪ ਚਾਪ ਬੈਠੇ ਰਹੇ। ਤਖਤੀ ਅਤੇ ਕੈਦਾ, ਜਿਸ ਨੂੰ ਫਾਰਸੀ ਦੀ ਪਹਿਲੀ ਪੁਸਤਕ ਕਹਿੰਦੇ ਨੇ, ਆਪਣੇ ਸਾਹਮਣੇ ਰੱਖ ਲਈ। ਮੁੱਲਾ ਜੀ ਨੇ ਦੇਖਿਆ ਸਾਰੇ ਬੱਚੇ ਪੜ੍ਹ ਰਹੇ ਨੇ ਪਰ ਗੁਰੂ ਜੀ ਚੁੱਪ ਚਾਪ ਬੈਠੇ ਨੇ। ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਜੀ ਈਸ਼ਵਰ ਦੀ ਭਗਤੀ ਵਿੱਚ ਲੀਨ ਹੋ ਗਏ ਸੀ। ਅਰੇ ਨਾਨਕ, ਪੜ੍ਹਦੇ ਕਿਉਂ ਨਹੀਂ, ਸਬਕ ਯਾਦ ਕਰੋ। ਗੁਰੂ ਜੀ ਬੋਲੇ, ਮੈਂ ਕੀ ਪੜ੍ਹਾ, ਤੁਸੀਂ ਮੈਨੂੰ ਕੀ ਪਤਾ ਕੀ ਪੜ੍ਹਾ ਰਹੇ ਹੋ। ਮੈਂ ਤੈਨੂੰ ਅਲੱਗ ਤੋਂ ਇਹ ਸਮਝਾ ਚੁੱਕਿਆ ਹਾਂ, ਹੁਣ ਇਸ ਨੂੰ ਯਾਦ ਕਰੋ, ਜਦੋਂ ਇਹ ਯਾਦ ਹੋ ਜਾਵੇਗਾ ਤਾਂ ਫਿਰ ਅੱਗੇ ਦੀ ਪੜ੍ਹਾਈ ਸ਼ੁਰੂ ਕਰਾਂਗੇ। ਗੁਰੂ ਜੀ ਬੋਲੇ, ਇਹ ਹਰਫ ਕਿਸ ਕੰਮ ਆਉਣਗੇ, ਇਸ ਨੂੰ ਪੜ੍ਹਨ ਨਾਲ ਬੁੱਧੀ ਵਧੇਗੀ। ਇਸ ਤੋਂ ਬਾਅਦ ਗੁਰੂ ਜੀ ਨੇ ਈਸ਼ਵਰ ਦਾ ਸਿਮਰਨ ਕੀਤਾ ਤੇ ਅਲੱਗ ਤੋਂ ਯ ਤੱਕ ਜਿੰਨੇ ਵੀ ਹਰਫ ਸੀ ਸਾਰੇ ਸੁਣਾ ਦਿੱਤੇ। ਮੁੱਲਾ ਜੀ ਹੈਰਾਨ ਹੋ ਗਏ ਤੇ ਕਿਹਾ, ਤੁਸੀਂ ਸਭ ਜਾਣਦੇ ਹੋ, ਮੈਂ ਤੁਹਾਨੂੰ ਕੀ ਪੜਾਉਂਗਾ, ਤੁਸੀਂ ਤਾਂ ਸਾਰੇ ਸੰਸਾਰ ਨੂੰ ਪੜਾਓਗੇ। ਸ਼੍ਰੀ ਮਹਿਤਾ ਕਾਲੂ ਜੀ ਨੂੰ ਬੁਲਾਇਆ ਗਿਆ। ਦੀਦੀ ਜੀ, ਤੁਹਾਡਾ ਸਾਹਿਬਜ਼ਾਦਾ ਕੋਈ ਆਮ ਬਾਲਕ ਨਹੀਂ ਹੈ, ਇਹ ਤਾਂ ਹਿੰਦੂ ਮੁਸਲਿਮ ਸਭ ਨੂੰ ਇੱਕ ਕਰੇਗਾ। ਇਸਨੇ ਤਾਂ ਗੰਗਾ, ਕਾਸ਼ੀ, ਮੱਕਾ ਸਾਰੀਆਂ ਥਾਵਾਂ ਤੇ ਆਪਣਾ ਯਸ਼ ਪੈਦਾ ਕਰਨਾ ਹੈ। ਗੁਰੂ ਜੀ ਹਰ ਰੋਜ਼ ਪੜ੍ਹਾਈ ਕਰਨ ਆਉਂਦੇ ਸੀ, ਜੋ ਵੀ ਕੰਮ ਮੁੱਲਾ ਜੀ ਦਿੰਦੇ ਸੀ ਉਸ ਨੂੰ ਤੁਰੰਤ ਕਰ ਦਿੰਦੇ ਸੀ। ਮੁੱਲਾ ਜੀ ਇਹ ਸਭ ਦੇਖ ਕੇ ਬਹੁਤ ਹੈਰਾਨ ਹੁੰਦੇ ਸੀ, ਖੁਦਾਮੰਦ ਇਹ ਅਜੀਬ ਬਾਲਕ ਹੈ, ਇਹ ਤੇਰੀ ਕੁਦਰਤ ਹੈ, ਮੈਂ ਜੋ ਵੀ ਲਿਖਦਾ ਹਾਂ ਸੁਣਦਾ ਹਾਂ ਇਹ ਤੁਰੰਤ ਸੁਣਾ ਦਿੰਦਾ ਹੈ। ਇਸ ਤੋਂ ਬਾਅਦ ਜੋ ਵੀ ਕੋਈ ਗੁਰੂ ਜੀ ਕੋਲ ਆਉਂਦਾ ਤਾਂ ਗੁਰੂ ਜੀ ਉਸ ਨੂੰ ਈਸ਼ਵਰ ਦਾ ਗਿਆਨ ਦਿੰਦੇ ਸੀ। ਸਾਰੇ ਲੋਕਾਂ ਨੂੰ ਗੁਰੂ ਜੀ ਦੇ ਦਿਵਯ ਹੋਣ ਦਾ ਪਤਾ ਲੱਗ ਗਿਆ ਸੀ, ਸਾਰੇ ਕਹਿੰਦੇ ਸੀ ਨਾਨਕ ਈਸ਼ਵਰ ਦਾ ਭਗਤ ਹੈ। ਗੁਰੂ ਜੀ ਉਰਦੂ ਵਿੱਚ ਮੁਸਲਮਾਨਾਂ ਤੇ ਹਿੰਦੀ ਵਿੱਚ ਹਿੰਦੂਆਂ ਦੀ ਸ਼ੰਕਾ ਦੂਰ ਕਰਦੇ ਸੀ। ਹਿੰਦੀ, ਫਾਰਸੀ, ਸੰਸਕ੍ਰਿਤ, ਅਰਬੀ ਸਾਰੀਆਂ ਭਾਸ਼ਾਵਾਂ ਗੁਰੂ ਜੀ ਨੂੰ ਜ਼ੁਬਾਨੀ ਯਾਦ ਸੀ। ਕੁਝ ਸਮੇਂ ਬਾਅਦ ਗੁਰੂ ਜੀ ਘਰ ਆ ਕੇ ਮੌਨ ਹੋ ਕੇ ਬੈਠ ਗਏ। ਕਾਲੂ ਜੀ ਨੇ ਮੁੱਲਾ ਜੀ ਨੂੰ ਬੁਲਾਇਆ, ਉਹਨਾਂ ਨੇ ਤੰਤਰ ਮੰਤਰ ਕੀਤੇ ਪਰ ਕੋਈ ਫਾਇਦਾ ਨਹੀਂ ਹੋਇਆ। ਉਦੋਂ ਚਲਾਕ ਮੁੱਲਾ ਬੋਲੇ, ਹੇ ਨਾਨਕ, ਤੁਸੀਂ ਕਦੋਂ ਤੱਕ ਚੁੱਪ ਰਹੋਗੇ, ਸਾਰੇ ਪਰੇਸ਼ਾਨ ਹੈ, ਖੁਦਾ ਦਾ ਵਾਸਤਾ ਕੁਝ ਤਾਂ ਬੋਲੋ। ਜਦੋਂ ਖੁਦਾ ਦਾ ਵਾਸਤਾ ਸੁਣਿਆ ਤਾਂ ਗੁਰੂ ਜੀ ਤੁਰੰਤ ਉੱਠ ਕੇ ਬੈਠ ਗਏ। ਤੇਰੀ ਤਾਂ ਰਕਸ਼ਾ ਪੀਰ ਕਰਨਗੇ, ਤੁਸੀਂ ਤਾਂ ਖੁਦਾਵੰਦ ਕਰੀਬ ਦੇ ਭੇਜੇ ਹੋਏ ਹੋ, ਤੇਰੇ ਤੇ ਤਾਂ ਰੱਬ ਦੀ ਮਿਹਰ ਹੈ, ਤੇਰੀ ਖਾਮੋਸ਼ੀ ਤੋਂ ਦੁਨੀਆਂ ਦੁਖੀ ਹੈ, ਕੁਝ ਤਾਂ ਬੋਲੋ। ਗੁਰੂ ਜੀ ਮੁਸਕਰਾਉਂਦੇ ਹੋਏ ਤੇ ਇੱਕ ਸ਼ਬਦ ਦਾ ਉਚਾਰਨ ਕੀਤੇ ਜਿਸ ਦਾ ਅਰਥ ਹੈ, ਸਾਹਿਬ ਤੇਰੇ ਅੱਗੇ ਮੇਰੀ ਪ੍ਰਾਰਥਨਾ ਹੈ, ਉਸ ਨੂੰ ਤੁਸੀਂ ਕੰਨ ਲਗਾ ਕੇ ਸੁਣੋ, ਪਰਮਾਤਮਾ ਅਨੰਤ ਹੈ, ਸਭ ਦਾ ਭਲਾ ਕਰਦਾ ਹੈ, ਉਸ ਤੋਂ ਬਗੈਰ ਕੋਈ ਵੀ ਕੁਝ ਨਹੀਂ, ਹੇ ਨਾਨਕ ਤੇਰੇ ਮੌਨ ਰਹਿਣ ਨਾਲ ਸਾਰੇ ਦੁਖੀ ਨੇ। ਗੁਰੂ ਜੀ ਨੇ ਦੂਸਰਾ ਸ਼ਬਦ ਬੋਲਿਆ, ਹੇ ਮੁੱਲਾ ਸਾਹਿਬ, ਇਹ ਸੰਸਾਰ ਨਾਸ਼ ਹੁੰਦਾ ਜਾ ਰਿਹਾ ਹੈ, ਮੈਂ ਕਿਸ ਨਾਲ ਗੱਲ ਕਰਾਂ। ਇਹ ਗੱਲ ਸੋਚੋ ਕਿ ਜਿਸ ਇਨਸਾਨ ਦੇ ਵਾਲ ਫਰਿਸ਼ਤੇ ਨੇ ਆਪਣੇ ਹੱਥ ਵਿੱਚ ਫੜੇ ਹੋਏ ਨੇ ਉਹ ਉਸ ਨੂੰ ਇੱਕ ਅੱਧੇ ਮਿੰਟ ਵਿੱਚ ਲੈ ਜਾਵੇਗਾ, ਪਰ ਇਹ ਅਗਿਆਨੀ ਮਨੁੱਖ ਇਹ ਨਹੀਂ ਜਾਣਦੇ ਕਿ ਉਸ ਦੇ ਵਾਲ ਯਮ ਦੇ ਹੱਥ ਵਿੱਚ ਹੈ। ਮੈਨੂੰ ਆਪਦੇ ਮਰਨ ਦੀ ਚਿੰਤਾ ਨਹੀਂ ਹੈ ਤੇ ਨਾ ਹੀ ਮੈਂ ਜਾਣਦਾ ਹਾਂ ਕਿ ਮੇਰਾ ਕੀ ਹੋਣਾ ਹੈ। ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਿਸ ਇਨਸਾਨ ਨੂੰ ਪਲਦਾ ਨਹੀਂ ਪਤਾ ਉਹ ਮੋਹ ਮਾਇਆ ਵਿੱਚ ਕਿਵੇਂ ਫਸਿਆ ਹੈ। ਨਾਨਕ, ਹੁਣ ਤੇਰਾ ਬਾਲ ਕਾਲ ਚੱਲ ਰਿਹਾ ਹੈ,
ਇਸ ਮਾਮਲੇ ਚ ਪੈਣ ਦਾ ਤੇਰਾ ਕੋਈ ਹੱਕ ਨਹੀਂ ਹੈ। ਜਦੋਂ ਜਵਾਨ ਹੋ ਜਾਓਗੇ ਉਦੋਂ ਕਰ ਲਓ ਜੇ ਜੋ ਕਰਨਾ ਹੋਇਆ। ਗੁਰੂ ਜੀ ਬੋਲੇ, ਮੁੱਲਾ ਜੀ, ਜੋ ਆਦਮੀ ਕਿਸੇ ਦਾ ਦਾਸ ਹੁੰਦਾ ਹੈ ਭਾਵੇਂ ਉਸ ਦੀ ਉਮਰ ਛੋਟੀ ਕਿਉਂ ਨਾ ਹੋਵੇ, ਜਿੱਥੋਂ ਤੱਕ ਉਸ ਦੀ ਸ਼ਮਤਾ ਹੁੰਦੀ ਹੈ ਉਹ ਆਪਣੇ ਸਵਾਮੀ ਦੀ ਸੇਵਾ ਜ਼ਰੂਰ ਕਰਦਾ ਹੈ। ਜੇਕਰ ਮੈਂ ਈਸ਼ਵਰ ਦੀ ਸੇਵਾ ਨਹੀਂ ਕਰੂੰਗਾ ਤਾਂ ਮੇਰੇ ਵਿੱਚ ਅਹਿੰਸਾ ਦਾ ਭਾਵ ਆ ਜਾਵੇਗਾ। ਜਦੋਂ ਇਨਸਾਨ ਦਾ ਅੰਤ ਸਮਾਂ ਆਊਗਾ, ਉਸਨੂੰ ਯਮ ਤੋਂ ਬਚਾਉਣ ਲਈ ਕੋਈ ਨਹੀਂ ਆ ਸਕਦਾ। ਉਸ ਸਮੇਂ ਪਰਮਾਤਮਾ ਤੋਂ ਬਿਨਾਂ ਉਸ ਦਾ ਕੋਈ ਦੋਸਤ ਨਹੀਂ ਹੋਵੇਗਾ। ਹੇ ਨਾਨਕ, ਇਹ ਭਾਗਿਆ ਹੈ ਤੇਰਾ ਕਿ ਤੂੰ ਉਸ ਪਰਮਾਤਮਾ ਦੀ ਕਿਰਪਾ ਛੋਟੀ ਉਮਰ ਵਿੱਚ ਹੀ ਪ੍ਰਾਪਤ ਕਰ ਲਈ ਹੈ। ਈਸ਼ਵਰ ਦੀ ਕਿਰਪਾ ਨਾਲ ਤੈਨੂੰ ਸਹੀ ਗਿਆਨ ਹਾਸਲ ਹੋਵੇਗਾ। ਤੇਰੇ ਵਿੱਚ ਨਾ ਕੋਈ ਬੁਰਾਈ ਹੈ ਤੇ ਨਾ ਕਦੇ ਹੋਵੇਗੀ। ਗੁਰੂ ਜੀ ਨੇ ਕਿਹਾ, ਇਨਸਾਨ ਈਸ਼ਵਰ ਨੂੰ ਪਾਉਣ ਦੀ ਹਿੰਮਤ ਨਹੀਂ ਕਰਦਾ, ਪਰ ਜਦੋਂ ਉਹ ਮਿਲਦਾ ਨਹੀਂ ਹੈ ਤਾਂ ਉਸ ਦੀ ਨਿੰਦਾ ਕਰਦਾ ਹੈ, ਦਿਨ ਰਾਤ ਦੂਜਿਆਂ ਦੀਆਂ ਬੁਰਾਈਆਂ ਕਰਦਾ ਹੈ। ਮੁੱਲਾ ਜੀ, ਉਹ ਇੱਕ ਪਲ ਵੀ ਈਸ਼ਵਰ ਦਾ ਸਿਮਰਨ ਨਹੀਂ ਕਰਦਾ, ਪਰੰਤੂ ਮੈਂ ਉਸ ਪਰਮਾਤਮਾ ਦਾ ਸੇਵਕ ਹਾਂ। ਹੇ ਨਾਨਕ, ਤੂੰ ਤਾਂ ਉਸ ਪਰਮਾਤਮਾ ਨਾਲ ਜੁੜ ਚੁੱਕਿਆ ਹੈ। ਗੁਰੂ ਜੀ ਬੋਲੇ, ਮੁੱਲਾ ਜੀ, ਇਹ ਇਨਸਾਨ ਬੁਰੇ ਕਰਮਾਂ ਤੇ ਬੁਰਾਈਆਂ ਦੇ ਵਿੱਚ ਲੀਨ ਹੈ। ਮੈਂ ਪਰਮਾਤਮਾ ਦੇ ਪੈਰਾਂ ਦੀ ਮਿੱਟੀ ਹਾਂ, ਹਰ ਇਨਸਾਨ ਦੇ ਸਿਰ ਤੇ ਲੀਨ ਹਾਂ, ਪਰੰਤੂ ਉਹ ਇਹ ਕਹਿੰਦਾ ਹੈ ਉਸ ਦੇ ਸਿਰ ਤੇ ਕੋਈ ਲੀਨ ਨਹੀਂ ਹੈ, ਉਹ ਬੇਫਿਕਰ ਘੁੰਮ ਰਿਹਾ ਹੈ। ਹੇ ਨਾਨਕ, ਤੂੰ ਪਰਮਾਤਮਾ ਨਾਲ ਮਿਲਿਆ ਹੋਇਆ ਹੈ, ਤੂੰ ਹੀ ਸਾਡੀ ਰੱਖਿਆ ਕਰਨਾ ਤੇ ਉਸ ਪਰਮਾਤਮਾ ਦੇ ਦਰ ਤੇ ਸਾਡੀਆਂ ਪ੍ਰਾਰਥਨਾਵਾਂ ਨੂੰ ਸਵੀਕਾਰ ਕਰਵਾਉਣਾ। ਗੁਰੂ ਜੀ ਬੋਲੇ, ਤੁਸੀਂ ਵੀ ਈਸ਼ਵਰ ਦਾ ਸਿਮਰਨ ਕਰੋ, ਉਦੋਂ ਹੀ ਕਲਿਆਣ ਹੋਵੇਗਾ, ਉਦੋਂ ਹੀ ਮੈਂ ਤੁਹਾਡੀ ਸਹਾਇਤਾ ਕਰ ਪਾਊਂਗਾ। ਇਸ ਤੋਂ ਬਾਅਦ ਮੁੱਲਾ ਜੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਜੋ ਕਿ 7 ਸਾਲ ਦੇ ਸੀ ਆਪਣਾ ਸੀਸ ਝੁਕਾ ਦਿੱਤਾ। ਗੁਰੂ ਜੀ ਦੇ ਪਵਿੱਤਰ ਉਦੇਸ਼ਾਂ ਦੇ ਨਾਲ ਮੁੱਲਾ ਜੀ ਵੀ ਭਗਤੀ ਦੇ ਰੰਗ ਵਿੱਚ ਰੰਗੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।